ਹਰ ਇੱਕ ਦਾ ਧਿਆਨ ਰੱਖਿਆ ਜਾਊਗਾ ਵੀ ਕੌਣ ਬੰਦਾ ਲੋਕਾਂ 'ਚ ਜਾ ਰਿਹਾ, ਕੌਣ ਨਹੀਂ ਜਾ ਰਿਹਾ। ਅਤੇ ਬੜੀ ਵਧੀਆ, ਬੜੀ ਪੋਜ਼ਿਟਿਵ ਅਤੇ ਅੱਛੇ ਜਿਹੜਾ ਤਰੀਕੇ ਦੇ ਨਾਲ ਸਾਰਿਆਂ ਨੂੰ ਸਮਝਾਇਆ ਗਿਆ ਵੀ ਕੰਮ ਹੀ ਕਰਨਾ ਹੀ ਕਰਨਾ, ਲੋਕਾਂ ਦੇ ਵਿੱਚ ਵਿਚਰਨਾ, ਲੋਕਾਂ ਦੇ ਮਸਲੇ ਹੱਲ ਕਰਨੇ ਨੇ। ਬਹੁਤ ਅੱਛੇ ਦੇਖੋ, ਸਾਰੇ ਫੈਸਲੇ ਪਾਰਟੀ ਦੇ ਹੁੰਦੇ ਨੇ, ਅਸੀਂ ਮਿਹਨਤ ਕਰ ਰਹੇ ਸੀ, ਕਰ ਰਹੇ ਹਾਂ, ਕਰਦੇ ਰਹਾਂਗੇ, ਮਿਹਨਤ ਨਾ ਛੱਡੋ। ਪਾਰਟੀ ਨੇ ਜਿਹੜੀ ਡਿਊਟੀ ਜਦੋਂ ਲਾਈ ਅਸੀਂ ਦਿਨ ਰਾਤ ਇੱਕ ਕਰਕੇ ਨਿਭਾਉਣੀ ਹੈ। ਦੇਖੋ ਸੂਤਰ ਕਿਹੜੇ ਕਹਿ ਰਹੇ, ਤੁਸੀਂ ਕਹਿ ਰਹੇ ਹੋ, ਤੁਹਾਨੂੰ ਮੇਰੇ ਚਿਹਰੇ 'ਤੇ ਕੋਈ ਉਦਾਸੀ? ਦੇਖੋ ਜਿੰਨੀ ਡਿਊਟੀ ਮਿਲਦੀ ਆ ਨਾ, ਵਾਹਿਗੁਰੂ ਦਾ ਸ਼ੁਕਰ ਮੰਨ ਕੇ ਉਸ 'ਚ ਮਿਹਨਤ ਕਰੋ। ਤੁਹਾਡੀ ਡਿਊਟੀ ਵੱਡੀ ਹੋਵੇ ਛੋਟੀ ਹੋਵੇ, ਮਤਲਬ ਮਾਇਨੇ ਇਹ ਰੱਖਦਾ ਵੀ ਉਸ ਡਿਊਟੀ ਨੂੰ ਤੁਸੀਂ ਕਿੰਨੀ ਸ਼ਿੱਦਤ ਨਾਲ ਨਿਭਾਉਂਦੇ ਹੋ, ਕਿੰਨੀ ਆਊਟਪੁੱਟ ਦਿੰਦੇ ਹੋ, ਇਹ ਮੈਟਰ ਕਰਦਾ। ਸਾਰੀਆਂ ਦੇਖੋ ਮੁਆਵਜ਼ਾ ਦਿੱਤਾ ਗਿਆ, 25,000 ਨੌਕਰੀਆਂ ਦਾ ਐਲਾਨ ਕੀਤਾ ਗਿਆ, ਡੇ ਬਾਏ ਡੇ ਸਾਰੇ ਕੰਮ ਆ ਜਿਹੜੇ ਪੂਰੇ ਕੀਤੇ ਜਾਣਗੇ। ਜਿਹੜਾ ਹਦਾਇਤਾਂ ਨਹੀਂ ਮੰਨੂਗਾ, ਜਿਹੜਾ ਲੋਕਾਂ 'ਚ ਨਹੀਂ ਵਿਚਰੂਗਾ, ਪਾਰਟੀ ਨੇ, ਅਰਵਿੰਦ ਜੀ ਨੇ, ਸੀ ਐੱਮ ਸਾਹਿਬ ਨੇ ਸਟ੍ਰਿਕਟਲੀ ਕਿਹਾ ਕਿ ਉਹਦੇ ਉੱਤੇ ਸਟ੍ਰਿਕਟ ਐਕਸ਼ਨ ਲਿਆ ਜਾਊਗਾ। ਜਿਹੜਾ ਕੋਈ ਵੀ, ਚਾਹੇ ਵਿਧਾਇਕ ਆ, ਚਾਹੇ ਮੰਤਰੀ ਆ, ਚਾਹੇ ਕੋਈ ਵੀ ਆ, ਜੇ ਕੋਈ ਲੋਕਾਂ ਦੇ ਵਿੱਚ ਜਾ ਕੇ ਮਸਲੇ ਹੱਲ ਨਹੀਂ ਹੋ ਰਹੇ ਉਸ ਚੀਜ਼ ਉੱਤੇ, ਜਿਹੜੀ ਪਾਰਟੀ ਆ ਬੇਈਮਾਨੀ, ਚੋਰੀ, ਠੱਗੀ, ਕਰਪਸ਼ਨ ਲਈ ਇੱਕ ਵੀ ਮੌਕਾ ਨਹੀਂ ਦਿੱਤਾ ਜਾਊਗਾ। ਇਹ ਸਟ੍ਰਿਕਟ ਹਦਾਇਤ ਆ ਗਈ ਵੀ ਕਿਸੇ ਦਾ ਵੀ ਪਤਾ ਲੱਗ ਗਿਆ ਅੱਧੇ ਪੈਸੇ ਦੀ ਵੀ ਕਰਪਸ਼ਨ ਹੈ, ਉਹ ਬਰਦਾਸ਼ਤ ਤੋਂ ਬਾਹਰ ਹੋ ਜਾਣਾ। ਤੁਸੀਂ ਇੱਕ ਸਿੰਗਰ ਬੈਕਗ੍ਰਾਉਂਡ ਤੋਂ, ਤੁਹਾਡੀ ਕਿਸ ਤਰੀਕੇ ਦੀ ਇਨਪੁਟ ਰਹੇਗੀ ਸਰਕਾਰ 'ਚ? ਮੈਟਰ ਇਹ ਕਰਦਾ ਵੀ ਮੇਰਾ ਜਜ਼ਬਾ ਕੀ ਹੈ। ਸਭ ਤੋਂ ਪਹਿਲਾਂ ਮੈਂ ਪੰਜਾਬ ਦੀ ਧੀ ਹਾਂ ਅਤੇ ਪੰਜਾਬ ਦੇ ਜਿੰਨੇ ਵੀ ਮਸਲੇ ਨੇ ਉਹ ਹੱਲ ਕੀਤੇ ਜਾਣਗੇ। ਕਿਸੇ ਵੀ ਵਰਗ ਦੇ ਕਿਸੇ ਵੀ ਤਰੀਕੇ ਦਾ ਮਸਲਾ ਆਪਦੇ ਆਪਦੇ ਹਲਕਿਆਂ ਦੀ ਸਾਡੀ ਜ਼ਿੰਮੇਵਾਰੀ ਹੈ ਅਤੇ ਉਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਦੇ ਨਾਲ ਨਿਭਾਇਆ ਜਾਊਗਾ। ਕਹਿੰਦੇ ਸਭ ਤੋਂ ਵੱਡੀ ਮੈਰਿਟ ਹੈ ਮੇਰੇ ਕੋਲ, ਮੈਂ ਚੰਨੀ ਨੂੰ ਹਰਾਇਆ। ਦੇਖੋ ਇਹ ਸਾਰੇ ਪਾਰਟੀ ਦੇ ਫੈਸਲੇ ਹੁੰਦੇ ਆ, ਮੈਂ ਇੱਕ ਪਾਰਟੀ ਦੀ ਮੈਂਬਰ ਹਾਂ, ਪਾਰਟੀਆਂ ਇਹ ਚੀਜ਼ਾਂ ਮੈਂ ਨਹੀਂ ਡਿਸਾਈਡ ਕਰਨੀਆਂ, ਇਹਨੂੰ ਸੀ ਐੱਮ ਸਾਹਿਬ ਨੇ, ਇਹਨੂੰ ਅਰਵਿੰਦ ਕੇਜਰੀਵਾਲ ਜੀ ਨੇ ਡਿਸਾਈਡ ਕਰਨਾ, ਉਹੀ ਇਸ। ਦੇਖੋ ਮੇਰੀ ਜਦੋਂ ਡਿਸਾਈਡ ਉਹਨਾਂ ਨੇ ਕਰਨਾ ਇਹ ਉਹਨਾਂ 'ਤੇ ਮੈਟਰ ਕਰਦਾ, ਉਹਨਾਂ ਨੇ ਕਿਹਨੂੰ ਚੂਜ਼ ਕਰਨਾ। ਬਿਲਕੁਲ ਜੀ, ਫੀਡਬੈਕ ਲਈ ਜਾਊਗੀ ਤਾਂ ਅਸੀਂ ਉਸ ਚੀਜ਼ ਉੱਤੇ ਜ਼ਰੂਰ ਗੌਰ ਕਰਾਂਗੇ। ਮੈਂ ਇਹ ਵੀ ਕਿਹਾ ਸੀਗਾ ਜੀ ਕਿ ਇਹ ਨੰਬਰ 1 ਹਲਕਾ, ਖੂਬਸੂਰਤ ਹਲਕਾ, ਵਿਕਾਸ ਕਰਨ ਵਾਲਾ ਹਲਕਾ, ਉਹਦੇ ਲਈ ਦਿਨ ਰਾਤ ਇੱਕ ਕਰਾਂਗੇ ਜੀ, ਰਾਤੋਂ ਰਾਤ ਤਾਂ ਨਹੀਂ ਬਣਨਾ।